ਲੈ ਕੇ ਜਿਨ੍ਹਾਂ ਨੇ ਧਿਆਉਣ ਦਾ ਯਤਨ ਕੀਤਾ। ਪਾਤਸ਼ਾਹ ਕਹਿੰਦੇ ਜੋਗੀਆਂ ਨੇ ਵੀ ਧਿਆਇਆ ਪਰ ਉਹ ਜੋਗੀ ਵੀ ਪਾਰ ਨਹੀਂ ਹੋਏ, ਕਿਉਂਕਿ ਦੋ ਚੀਜ਼ਾਂ ਨੇ, ਇੱਕ ਹੈ ਭਗਤੀ, ਦੂਜੀ ਹੈ ਗੁਰਪ੍ਰਸਾਦ। ਇੱਕ ਹੈ ਭਗਤੀ ਕਰਨੀ, ਦੂਜੀ ਹੈ ਉਹਦੀ ਬਖਸ਼ਿਸ਼, ਉਹਦੀ ਕਿਰਪਾ। ਭਗਤੀ ਤੇ ਸਾਰੇ ਕਰ ਰਹੇ ਹਾਂ ਪਰ ਉਹਦੀ ਕਿਰਪਾ ਤੇ ਬਖਸ਼ਿਸ਼, ਕਿਉਂਕਿ ਹਰੇਕ ਸ਼ਬਦ ਦੇ ਅਖੀਰ ਤੇ ਆਉਂਦਾ ਉਹਦੀ ਕਿਰਪਾ, ਉਹਦੀ ਬਖਸ਼ਿਸ਼। ਉਹਦੀ ਬਖਸ਼ਿਸ਼ ਤੇ ਉਹਦੀ ਕਿਰਪਾ ਤੋਂ ਬਗੈਰ ਕੁਝ ਨਹੀਂ ਮਿਲ ਸਕਦਾ। ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਉਹਦੀ ਕਿਰਪਾ ਲੈਣੀ ਪਵੇਗੀ, ਗੁਰਪ੍ਰਸਾਦ ਤੇ ਜਾ ਕੇ ਗੱਲ ਮੁੱਕਦੀ ਹੈ। ਤੇ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੂੰ ਗੁਰੂ ਪ੍ਰਸਾਦ ਲਵੇਂਗਾ, ਗੁਰੂ ਦੀ ਕਿਰਪਾ ਲਵੇਂਗਾ, ਪਾਤਸ਼ਾਹ ਕਹਿੰਦੇ ਸੰਸਾਰ ਕੀ ਹੈ, ਸੰਸਾਰ ਰੋਗੀ ਨਾਮ ਕਰ ਮੈਲ ਲਾ ਕੇ ਸਾਥ ਬਣਾ। ਸੰਸਾਰ ਰੋਗੀ ਬਣਿਆ ਪਿਆ, ਰੋਗ ਲੱਗੇ ਹੋਏ ਨੇ। ਜੋ ਜੋ ਦਿਸੈ ਸੋ ਸੋ ਰੋਗੀ, ਰੋਗ ਰਹਿਤ। ਸੱਚੇ ਪਾਤਸ਼ਾਹ ਨੇ ਤਾਂ ਸਾਨੂੰ ਬੜੀਆਂ ਕਮਾਲ ਦੀਆਂ ਪੰਕਤੀਆਂ ਜਿਹੜੀਆਂ ਅਸੀਂ ਨਿਤ ਹੀ ਪੜ੍ਹਦੇ ਹਾਂ ਭਰੀ ਹੈ, ਹੱਥ ਪੈਰ ਤਨ ਦੇਹ ਪਾਣੀ ਧੋਤੇ ਉਤਰ ਸਿੱਖੇ ਬੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਏ ਉਹ ਧੋਏ, ਭਰੀ ਹੈ ਮਤ ਆਪਾਂ ਕਹਿ ਸੰਗ ਉਹ ਧੋਪੈ ਉਹ ਨਾਮ ਨੂੰ ਉਤਰਨੀ ਮੈਂ। ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਨਾ ਵਿਸਰੇ ਨਾਮ ਸੇ ਕਨੇਹਿਆ, ਭੇਦ ਨਾ ਜਾਣੋ ਮੂਲ ਸਾਹੀ ਦੇ ਆ, ਉਹਨੂੰ ਤੇ ਉਹਦੇ ਬਰਾਬਰ ਕਰ ਦਿੱਤਾ। ਸੱਚੇ ਪਾਤਸ਼ਾਹ ਨੇ ਕਹਿੰਦੇ ਜਿਹੜੇ ਪਵਿੱਤ ਹੋ ਗਏ ਨਾ, ਉਹਨਾਂ ਚ ਭੇਦ ਨਾ ਸਮਝੋ ਵੀ ਉਹ ਮਾਲਕ ਹੈ ਤੇ ਉਹ ਸੰਸਾਰੀ ਹੈ, ਕਿਉਂਕਿ ਉਹਦਾ ਰੱਬ ਦਾ ਹੀ ਰੂਪ ਹੋ ਗਏ। ਸੱਚੇ ਪਾਤਸ਼ਾਹ ਨੇ ਆਪਣੇ ਹੀ ਬਣਾ ਲਏ। ਸੋ ਆਪਾਂ ਗੱਲ ਕਰ ਰਹੇ ਹਾਂ ਹਰ ਧਿਆਇਆ ਪਵਿੱਤ ਹੋਏ, ਗੁਰਮੁਖ ਜਿੰਨੀ ਧਿਆਇਆ ਜਿਨ੍ਹਾਂ ਦਾ ਮੁੱਖ ਉਸ ਮਾਲਕ ਵੱਲ ਹੋ ਗਿਆ, ਜਿਨ੍ਹਾਂ ਨੇ ਗੁਰੂ ਦੀ ਮੱਤ ਲਈ, ਗੁਰ ਕੀ ਮੱਤ ਤੂੰ ਲੈ ਆਣੇ, ਭਗਤ ਬਿਨਾ ਬੁੱਝੇ ਸਿਆਣੇ। ਜਿੰਨੀ ਹਰ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗਤ ਸਵਾਈਆ। ਇੱਥੇ ਸੱਚੇ ਪਾਤਸ਼ਾਹ ਨੇ ਗੱਲ ਸਾਰਿਆਂ ਦੀ ਕੀਤੀ, ਮਾਤਾ ਪਿਤਾ ਤੇ ਕੁਟੰਬ ਪਰਿਵਾਰ, ਸੰਗਤ ਦੀ ਗੱਲ ਕੀਤੀ ਸੱਚੇ ਪਾਤਸ਼ਾਹ ਨੇ। ਤੇਰੀ ਸੰਗਤ ਕਿੱਦਾਂ ਦੀ ਹੈ ਉਹਦਾ ਵੀ ਬੜਾ ਅਸਰ ਪੈਂਦਾ ਹੈ। ਸੱਚੇ ਪਾਤਸ਼ਾਹ ਕਹਿੰਦੇ ਪਵਿੱਤਰ ਕਿੱਦਾਂ ਹੋਣਾ, ਤੇਰਾ ਵਿਚਾਰ ਵਿਹਾਰ ਤੇ ਕਿਰਦਾਰ ਕਿੱਦਾਂ ਦਾ ਹੈ, ਤੇਰੇ ਵਿਚਾਰ ਕਿੱਦਾਂ ਦੇ ਜੀਵਨ ਵਿੱਚ ਉਸ ਤੋਂ ਪਤਾ ਲੱਗਦਾ ਹੈ, ਤੇਰਾ ਵਿਹਾਰ ਕਿੱਦਾਂ ਦਾ, ਤੂੰ ਇਸ ਸੰਸਾਰ ਵਿੱਚ ਕੀ ਵਿਹਾਰ ਕਰ ਰਿਹਾ, ਤੇ ਉਸ ਵਿਹਾਰਾਂ ਤੋਂ ਤੇਰਾ ਕੀ ਕਿਰਦਾਰ ਬਣਿਆ ਹੈ। ਸੱਚੇ ਪਾਤਸ਼ਾਹ ਕਹਿੰਦੇ ਇਸ ਤੋਂ ਪਤਾ ਲੱਗਦਾ ਤੂੰ ਪਵਿੱਤਰ ਹੈ। ਸੋ ਪਾਤਸ਼ਾਹ ਕਹਿੰਦੇ ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਉ, ਪਵਿੱਤ ਸੰਗਤ ਸਬਾਈਆ, ਕਹਿੰਦੇ ਪਵਿੱਤਰ ਸੁਣਦੇ ਪਵਿੱਤਰ। ਇੱਕ ਉਦਾਹਰਣ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੰਦ ਸਾਹਿਬ ਦੇ ਅਖੀਰ ਤੇ ਵੀ ਦਿੱਤੀ। ਪਾਤਸ਼ਾਹ ਕਹਿੰਦੇ ਸੁਣਤੇ ਪੁਨੀਤ ਕਹਿਤੇ ਪਵਿੱਤ, ਕਹਿੰਦੇ ਜਿਹੜੇ ਸੰਗਤ ਬੈਠੀ ਹੈ ਨਾ, ਜਿਹੜੀ ਸੁਣ ਰਹੀ ਹੈ, ਵਿਚਾਰ ਕਰ ਰਹੀ ਹੈ ਆਪਣੇ ਹਿਰਦੇ ਦੇ ਨਾਲ, ਉਹ ਪੁਨੀਤ ਹੈ। ਸੁਣਤੇ ਪੁਨੀਤ ਕਹਿਣ ਵਾਲਾ ਪਵਿੱਤਰ ਹੈ। ਸੱਚੇ ਪਾਤਸ਼ਾਹ ਨੇ ਪੁਨੀਤ ਨੂੰ ਉਸ ਤੋਂ ਵੀ ਵੱਡਾ ਦਰਜਾ ਦਿੱਤਾ ਹੈ। ਪਾਤਸ਼ਾਹ ਕਹਿੰਦੇ ਪੁਨੀਤ ਜਿਹੜਾ ਤਿੰਨ ਪਵਿੱਤਰ ਤੋਂ ਬਣਦਾ ਹੈ। ਪਾਤਸ਼ਾਹ ਸੁਖਮਨੀ ਸਾਹਿਬ ਦੀ ਪੰਕਤੀ ਆਉਂਦੀ ਹੈ, ਪਵਿੱਤਰ 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 ਪੁਨੀਤ, ਕਹਿੰਦੇ ਜਦੋਂ ਤਿੰਨ ਵਾਰੀ ਪਵਿੱਤਰ ਹੁੰਦਾ ਹੈ ਨਾ ਤੇ ਇੱਕ ਪੁਨੀਤ ਬਣ ਜਾਂਦਾ ਹੈ। ਸੁਣਨ ਦੇ ਵਿੱਚ ਜਦੋਂ ਅਸੀਂ ਸ਼ਬਦ ਨੂੰ ਸੁਣਨ ਦਾ ਯਤਨ ਕਰਦੇ ਹਾਂ, ਸ਼ਬਦ ਨੂੰ ਸੁਣ ਕੇ ਆਪਣੇ ਹਿਰਦੇ ਚ ਵਸਾਉਂਦੇ ਹਾਂ, ਸੱਚੇ ਪਾਤਸ਼ਾਹ ਕਹਿੰਦੇ ਪੁਨੀਤ ਵਾਲੀ ਬਿਰਤੀ ਆ ਜਾਂਦੀ ਹੈ। ਆਪੋ ਸਤਨਾਮ ਸ਼੍ਰੀ ਗੁਰੂ, ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ, ਜਿੰਨੀ ਮਨ ਵਸਾਇਆ, ਜਿਨ੍ਹਾਂ ਨੇ ਆਪਣੇ ਹਿਰਦੇ ਚ ਵਸਾ ਲਿਆ ਉਸ ਸ਼ਬਦ ਨੂੰ, ਕਹੇ ਨਾਨਕ ਸੇ ਪਵਿੱਤਰ।
सच्चे पातशाह कहते ओ पवित्र ने ओ जीव पवित्र हो जाते जिन्नी गुरमुख गल फिर उ आई जिन्होंने गुरु के नाल मुख कर लिया मन की मत त्यागो हर जन हुकम बूझ सुख पाइए उस हुक्म बुझ के उस हुक्म मन के अपने मन की मत न छड़ना पैना है गुरु की मत तो ले आने गुरु की मत को धारण कर मन की मत को छड़ फोकट कर छड़ फेक कर्म जड़े ने दिखावे दे कर्म असी संसार नु दिखावा करके जड़े कर्म कर रहे हैं ना वो कर्मा नु सानू छड़ना पवेगा जो असी गुरु की मत लैण का यतन करांगे सच्चे पातशाह कहिंदे जो तू गुरमुख वाली स्टेज वल नु जाएगा ना ते तू पवित्र त्या किरदार विचार ते विहार भी फिर पवित्र होने लग पवेगा फिर तेन कुछ कहण की लोड़ नहीं तेरे जीवन दे तेरे किरदार दे विचों पवित्रता नजर आएगी आपको सतनाम श्री वाहिगुरु सच्चे पातशाह कृपा करन बख्शिश करन साडे विचार विहार ते किरदार जेड़े ने उच्चे ते सुचे हो जाण ते गुरु कृपा करे असीं उस पवित्रता वल कित्थों तुरीए सच्चे पातशाह कहिंदे सोहिले तों जिहड़ा शब्द खुशी का सोहिला खुशी का गीत तेरे हिरदे च सदा ही वज रहा है उस खुशी के गीत ने तैनू पवित्रता वल ले जाना है पर जे तू उस खुशी के गीत को समझ के क्योंकि जे पिछलियां लड़ियां इस आनंद साहब दियां पिछलियां दो तीन आपां पहरे लै लईए जां पौड़ियां लै लईए उन्हां नू जोड़िए तो सच्चे पातशाह पहलां कहिंदे भगतां की चाल निराली पहलों उन्हां भगतां की चाल दसी वो चाल किदां दी है सच्चे पातशाह कहिंदे ज्यों तू चलाए तिव चलिया स्वामी फिर वो चाल दसी सच्चे पातशाह ने कहिंदे फिर वो भगत कहिड़े ने जिन्हां दे अंदर खुशी का गीत गाया जा रहा है खुशी का गीत गा गा के सच्चे पातशाह कहते फिर वो पवित्र की अवस्था पर पहुंच चुके ने गुरु कृपा करे असी आनंद साहब की जिहड़ी विचार कर रहे हैं करद्या करद्या असी अपने जीवन में भी पवित्रता लियाने का यतन करिए जदों पवित्रता लियावांगे लोक सुखीए पर लोक सुहेले नानक हर प्रभ आपे मिले गुरु कृपा करे इतनी हाजरी प्रवान करनी फतेह की सान बख्शिश करो वाहिगुरु जी का खालसा वाहिगुरु जी की फतेह कोई सवाल होवे किसी ने कुछ पूछना हो भाई साहब ये भी दस दो भी पवित्र दे चले औंकड़ आंदी तत्ते दे थले जिहड़ी औंकड़ आंदी इहदा की सिग्निफिकेंस जिहड़ी पवित्र दे थले औंकड़े आ सच्चे पातशाह ने सानूं इत्थे एक एक जिहड़ी एक परसन नूं पवित्र कहे नानक से पवित्र उस एक बंदे नूं एक एक दी गल कीती इत्थे कहे नानक से पवित्र उस बंदे की एक एक वाचक की गल की सच्चे पातशाह ने जिन्नी गुरमुख हर हर ध्याया सो ओ असी उस सिंगल जिहड़ा है उहदी गल इत्थे सच्चे पातशाह कर रहे ने तो सारे शब्द दे विच जिथे जिथे पवित आया उहदे थले औंकड़ हैगी ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿਗੁਰੂ